ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਰਿਲੀਫ ਦੀ ਟੀਮ ਪਿੰਡ ਨੂਰਪੁਰ ਜੱਟਾਂ, ਜੋ ਕਿ ਗੜਸ਼ੰਕਰ ਦੇ ਕੋਲ ਹੈ, ਉੱਥੇ ਸਰਦਾਰ ਮੱਖਣ ਸਿੰਘ ਜੀ ਦੇ ਘਰ ਆਈ ਹੈ। ਉੱਥੇ ਅੱਜ ਅਸੀਂ ਬੈਠੇ ਹਾਂ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਪੁਰਾਣੇ ਸਮਿਆਂ ਦੀਆਂ ਯਾਦਾਂ ਨੇ ਜਿਹੜੀਆਂ, ਉਹ ਸੰਗਤਾਂ ਦੇ ਨਾਲ ਅਸੀਂ ਸਾਂਝੀਆਂ ਕਰਾਂਗੇ। ਮੱਖਣ ਸਿੰਘ ਜੀ, ਕਿੰਨੇ ਸਾਲ ਦੀ ਉਮਰ ਦੇ ਵਿੱਚ ਆਪ ਜੀ ਇਸ ਸੰਘਰਸ਼ ਦੇ ਵਿੱਚ ਆਏ? ਮੈਂ ਆਪਣੇ 18 ਸਾਲ ਦੀ ਉਮਰ ਤੋਂ ਸੰਘਰਸ਼ ਵੱਲ ਆਇਆ ਜੀ, ਆਪਣੇ 83 ਦਾ। ਅਤੇ ਫਿਰ ਪੜ੍ਹਾਈ ਕਿੱਥੋਂ ਤੱਕ ਕੀਤੀ ਜੀ ਤੁਸੀਂ? ਪੜ੍ਹਾਈ ਮੈਂ 9ਵੀਂ ਤੱਕ ਕੀਤੀ ਆ ਜੀ। 9ਵੀਂ 'ਚ ਹੀ ਸਾਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਬਾਰੇ ਪਤਾ ਲੱਗਿਆ ਸੀਗਾ, ਅਤੇ ਫਿਰ ਅਸੀਂ ਉਹਨਾਂ ਦੇ ਦਰਸ਼ਨਾਂ ਲਈ ਦਰਬਾਰ ਸਾਹਿਬ ਗਏ ਸੀ, ਅਤੇ ਉੱਥੇ ਫਿਰ ਉਹਨਾਂ ਦੇ ਮੇਲ ਤਾਂ ਹੋ ਨਹੀਂ ਸਕਿਆ, ਅਸੀਂ ਵਾਪਸ ਆ ਗਏ। ਅਤੇ ਫਿਰ ਪਰਿਵਾਰ 'ਚ ਆਪ ਜੀ ਦੇ ਕੌਣ ਕੌਣ ਸੀ ਉਸ ਸਮੇਂ? ਜਿੱਦਾਂ ਪਰਿਵਾਰ ਦੇ ਵਿੱਚ ਮੇਰਾ ਛੋਟੀ ਉਮਰੇ ਵਿਆਹ ਹੋ ਗਿਆ ਸੀਗਾ, ਮੇਰੇ ਗੁੱਡੀ ਸੀ 1 ਸਾਲ ਕਦੀ, ਅਤੇ 84 ਦੇ ਵਿੱਚ ਜਦੋਂ ਦਰਬਾਰ ਸਾਹਿਬ ਅਟੈਕ ਹੋਇਆ, ਉਸ ਤੋਂ ਬਾਅਦ ਅਸੀਂ ਇਸ ਪਾਸੇ ਨੂੰ ਜ਼ਿਆਦਾ ਸਰਗਰਮ ਹੋ ਗਏ। ਉਸ ਤੋਂ ਬਾਅਦ 84 ਤੋਂ ਲੈ ਕੇ 4 ਵਾਰੀ ਮੈਨੂੰ ਗੜਸ਼ੰਕਰ ਪੁਲਿਸ ਵਾਲੇ ਨੇ ਫੜਿਆ, ਪਿੰਡ ਵਾਲਿਆਂ ਰਲ ਕੇ ਇਲਾਕੇ ਦੇ ਹੋਰ ਮੋਹਤਵਰ ਬੰਦਿਆਂ ਨੇ ਮੈਨੂੰ 4 ਵਾਰੀ ਛਡਾ ਕੇ ਲਿਆਂਦਾ ਪੁਲਿਸ ਕੋਲੋਂ ਆਪਣੀ ਜ਼ਿੰਮੇਵਾਰੀ 'ਤੇ। ਉਸ ਤੋਂ ਬਾਅਦ 1987 ਦੇ ਵਿੱਚ ਫਿਰ ਘੁੰਮਦਾ ਘਿਰਦਾ ਥਾਈਲੈਂਡ ਹੋਰ ਮੁਲਕਾਂ 'ਚ ਮੈਂ ਅਮਰੀਕਾ ਪਹੁੰਚਿਆ, ਅਤੇ 87 ਦੇ ਵਿੱਚ ਮੈਂ ਅਮਰੀਕਾ ਪਹੁੰਚਿਆ ਸੀ। ਉਸ ਤੋਂ ਬਾਅਦ ਉੱਥੇ ਜਾ ਕੇ ਵੀ ਬਸ ਮਨ ਦੇ ਵਿੱਚ ਇਹੀ ਖਿਆਲ ਸੀਗਾ ਕਿ ਜੋ ਸਾਡੇ ਨਾਲ ਹੋਇਆ, ਜੋ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ ਸਾਡੇ ਨਾਲ, ਉਹ ਚੰਗਾ ਨਹੀਂ ਕੀਤਾ। ਅਤੇ ਦਾਸ ਦੇ ਕਾਫੀ ਸਾਥੀ ਸਿੰਘ ਜੋ ਸ਼ਹੀਦ ਹੋ ਗਏ ਸੀਗੇ, ਉਹਨਾਂ ਨੂੰ ਹਰ ਵਾਰ ਅਸੀਂ ਮੈਂ ਯਾਦ ਕਰਦਾ ਸੀ ਇੱਥੇ ਅਮਰੀਕਾ ਵੀ। ਅਤੇ ਉਸ ਤੋਂ ਬਾਅਦ ਫਿਰ ਦਾਸ ਨੇ ਤਾਰਾ ਸਿੰਘ ਹੇਰ ਦੇ ਨਾਲ ਕੰਡਕਟ ਕਰਕੇ, ਪਹਿਲਾਂ ਤਾਂ ਮੈਂ ਜਫਰਵਾਲ ਨੂੰ ਫੋਨ ਕੀਤਾ, ਅਤੇ ਉਹਨਾਂ ਕੋਈ ਖਾਸ ਅਗਾਰਾ ਨਹੀਂ ਭਰਿਆ, ਮੂਹਰਿਓਂ ਮੈਨੂੰ ਜਵਾਬ ਹੀ ਦਿੱਤਾ। ਉਸ ਤੋਂ ਬਾਅਦ ਫਿਰ ਦਾਸ ਨੇ ਜਥੇਦਾਰ ਵਧਾਵਾ ਸਿੰਘ ਹੋਣਾ ਨਾਲ ਕੰਡਕਟ ਕੀਤਾ, ਅਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਪਾਸੇ ਮਤਲਬ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਾਂ, ਮੁੜ ਕੇ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਅਜੇ ਤੱਕ। ਮੈਂ 1996 'ਚ ਇੰਡੀਆ ਆਇਆ ਸੀਗਾ ਆਪਣੇ ਭਤੀਜੇ ਦੇ ਵਿਆਹ ਵਾਸਤੇ, ਅਤੇ ਉਹ ਤੋਂ ਬਾਅਦ ਮੈਨੂੰ ਦੁਬਾਰਾ ਫਿਰ ਇੰਡੀਆ ਪੁਲਿਸ ਨੇ ਫੜ ਲਿਆ, ਅਤੇ ਫਿਰ ਇਲਾਕੇ ਦੇ ਮਿੱਤਰਾਂ ਸੱਜਣਾਂ ਨੇ ਪਿੰਡ ਵਾਸੀਆਂ ਨੇ ਰਲ ਕੇ ਮੈਨੂੰ ਛਡਾਇਆ ਉਹਨਾਂ ਕੋਲੋਂ। ਅਤੇ ਉਸ ਤੋਂ ਬਾਅਦ ਫਿਰ ਮੈਂ ਅਮਰੀਕਾ ਵਾਪਸ ਜਾ ਕੇ, ਅਤੇ ਮੈਂ ਪੱਕਾ ਹੀ ਪਾਕਿਸਤਾਨ ਚਲ ਗਿਆ ਚਾਚਾ ਵਧਾਵਾ ਸਿੰਘ ਕੋਲ। ਅਤੇ ਚਾਚਾ ਜੀ ਹੁਣੀ ਮੈਨੂੰ ਆਖਿਆ ਸੀਗਾ ਕਿ ਤੈਨੂੰ 6 ਮਹੀਨਿਆਂ ਤੱਕ ਇੰਡੀਆ ਭੇਜ ਦਾਂਗੇ। ਉਸ ਤੋਂ ਬਾਅਦ 14 ਸਾਲ ਮੈਨੂੰ ਉੱਥੇ ਰੱਖਿਆ, ਜੋ ਮੇਰੀ ਸੇਵਾ ਦੇਖ ਕੇ ਤਾਂ ਹੁਣ ਵੀ ਮੈਨੂੰ ਆਉਣ ਨਹੀਂ ਸੀ ਦੇ ਰਹੇ। ਦਾਸ ਨੇ ਆਪਣੀ ਮਰਜ਼ੀ ਨਾਲ ਬੇਨਤੀ ਕਰਕੇ ਵਧਾਵਾ ਸਿੰਘ ਉਹਨਾਂ ਨੂੰ ਇੰਡੀਆ ਆਉਣ ਦੀ ਬੇਨਤੀ ਕੀਤੀ ਸੀ। 2010 ਦੇ ਵਿੱਚ ਮੈਂ ਬਾਰਡਰ ਕ੍ਰੋਸ ਕੀਤਾ ਸੀ। ਜਦੋਂ ਵੀ 1987 ਤੋਂ ਗਏ ਹਾਂ ਅਮਰੀਕਾ 'ਚ, ਸਾਨੂੰ ਸਾਰਾ ਪਿਛਲਾ ਹੀ ਖਿਆਲ ਆਉਂਦਾ ਸੀ, ਆਪਣੇ ਸੱਜਣ ਮਿੱਤਰ ਜੋ ਕਾਫੀ ਵਿਛੜ ਚੁੱਕੇ ਸੀਗੇ, ਕੁਛ ਜੇਲ੍ਹਾਂ 'ਚ ਸੀਗੇ। ਫਿਰ ਅਸੀਂ ਉੱਥੇ ਜਾ ਕੇ ਕੁਛ ਬੰਦਿਆਂ ਨੇ ਰਲ ਕੇ ਜਿੰਨੀ ਕੁ ਸਾਡੇ ਕੋਲੋਂ ਹੋ ਸਕਦੀ ਸੀਗੀ, ਸਾਰਿਆਂ ਨੇ ਆਪਣਾ ਹਿੱਸਾ ਪਾਇਆ ਉਹਨਾਂ ਦੇ ਪਰਿਵਾਰਾਂ ਲਈ। ਹੋਰ ਜੋ ਸੰਘਰਸ਼ ਦੇ ਕੰਮ ਕਰ ਸੀਗੇ, ਅਸੀਂ ਉਹਨਾਂ ਬਾਹਰ ਬੈਠੇ ਬੰਦਿਆਂ ਨਾਲ ਰਲ ਕੇ ਵੀ ਆਪਣੇ ਵੱਲੋਂ ਜਿੰਨਾ ਕੁ ਬਣਦਾ ਸੀ ਸਾਡੇ ਕੋਲੋਂ ਹਿੱਸਾ ਪਾਇਆ ਗਿਆ। ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਘਰ ਨੂੰ ਕੋਈ ਵੀ ਆ ਕੇ ਦੇਖ ਸਕਦਾ, ਕੋਈ ਵੀ ਆ ਕੇ ਘਰ ਮੇਰਾ ਚੈੱਕ ਕਰ ਸਕਦਾ, ਅਸੀਂ ਕੋਈ ਅਹਿਮੀਅਤ ਨਹੀਂ ਦਿੱਤੀ। ਪੰਥ ਨੂੰ ਅਸੀਂ ਪਹਿਲਾਂ ਸਮਝਿਆ, ਅਤੇ ਸਾਥੀ ਸਿੰਘਾਂ ਲਈ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੀ ਅਸੀਂ ਰਲ ਮਿਲ ਕੇ ਪੈਸੇ ਭੇਜਦੇ ਰਹੇ, ਸੇਵਾ ਕਰਦੇ ਰਹੇ। ਮੈਂ ਜੀ 1996 ਤੱਕ ਤਾਂ ਅਸੀਂ ਅਮਰੀਕਾ 'ਚ ਰਹੇ ਸੀਗੇ। 1996 ਜਦੋਂ ਮੈਂ ਵਾਪਸ ਇੰਡੀਆ ਆਇਆ, ਉਦੋਂ ਦਾਸ ਨੂੰ ਫਿਰ ਗ੍ਰਿਫਤਾਰ ਕਰ ਲਿਆ, ਫਿਰ ਫੜ ਲਿਆ। ਫਿਰ ਮਨ 'ਚ ਖਿਆਲ ਆਇਆ ਕਿ ਜਿੰਨੀ ਵਾਰ ਵੀ ਅਸੀਂ ਆਵਾਂਗੇ, ਇਸੇ ਤਰ੍ਹਾਂ ਖੱਜਲ ਹੋਵਾਂਗੇ, ਇਸੇ ਤਰ੍ਹਾਂ ਸਾਨੂੰ ਪੁਲਿਸ ਫੜਦੀ ਰਹੇਗੀ। ਦਾਸ ਨੇ ਵਾਪਸ ਅਮਰੀਕਾ ਜਾ ਕੇ ਸਾਰੇ ਆਪਣੇ ਸੁੱਖ ਆਰਾਮ ਛੱਡ ਕੇ ਫਿਰ ਦੁਬਾਰਾ ਪਾਕਿਸਤਾਨ ਜਾਣ ਦਾ ਮਨ ਬਣਾ ਲਿਆ ਜਥੇਦਾਰ ਵਧਾਵਾ ਸਿੰਘ ਕੋਲ। ਅਤੇ 96 ਤੋਂ ਲੈ ਕੇ 2010 ਤੱਕ ਦਾਸ
ਜਥੇਦਾਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਦਾ ਰਿਹਾ ਅਤੇ 2010 ਦੇ ਵਿੱਚ ਦਾਸ ਨੇ ਬਾਰਡਰ ਕਰੋਸ ਕਰਕੇ ਇੰਡੀਆ 'ਚ ਦਾਖਲ ਹੋਇਆ ਸੀ ਅਤੇ 6 ਕੁ ਮਹੀਨਿਆਂ ਬਾਅਦ ਦਾਸ ਨੂੰ ਦਾਸ ਦੇ ਬਾਰੇ ਪਤਾ ਲੱਗ ਗਿਆ ਸੀ ਇੰਡੀਆ ਗੌਰਮੈਂਟ ਨੂੰ ਕਿ ਇੰਡੀਆ ਆਇਆ ਹੋਇਆ ਜਿਹੜਾ ਕਿ ਪਿਛਲੇ 10-15 ਸਾਲਾਂ ਤੋਂ ਟ੍ਰੇਨਿੰਗ ਦੇ ਰਿਹਾ ਹੈ। ਫਿਰ ਕਾਫੀ ਭੱਜ ਦੌੜ ਤੋਂ ਬਾਅਦ ਦਾਸ ਨੂੰ ਨੇਪਾਲ 'ਚੋਂ ਗ੍ਰਿਫਤਾਰ ਕੀਤਾ ਗਿਆ 2010 22 ਸਤੰਬਰ ਨੂੰ। ਉਸ ਤੋਂ ਬਾਅਦ 2.5 ਮਹੀਨੇ ਦਾਸ ਰਿਮਾਂਡ 'ਤੇ ਰਿਹਾ, ਨਾਰਕੋਟ ਸੈੱਲ, ਮਾਲ ਮੰਡੀ, ਖੰਨੇ ਅਤੇ ਬਹੁਤ ਸਾਰੇ ਕੇਸ ਦਾਸ 'ਤੇ ਪਾ ਦਿੱਤੇ ਗਏ, ਜਿਨ੍ਹਾਂ ਦੇ ਵਿੱਚੋਂ ਸਾਰੇ ਮੇਰੇ ਕੇਸ ਬਰੀ ਹੋ ਗਏ ਅਤੇ ਇੱਕ ਕੇਸ 'ਚੋਂ ਦਾਸ ਨੂੰ 10 ਸਾਲ ਸਜ਼ਾ ਹੋਈ ਆ, ਉਹਦੇ ਵਿੱਚ ਨਾਭਾ ਮੈਕਸੀਮਮ ਸਕਿਉਰਿਟੀ ਜੇਲ੍ਹ 'ਚ ਅਸੀਂ ਬੰਦ ਹਾਂ। ਰਿਮਾਂਡ 'ਤੇ ਜੀ ਦਾਸ ਨੂੰ 2.5 ਮਹੀਨੇ ਰੱਖਿਆ ਸੀ। ਕੋਈ ਵੀ ਇਹੋ ਜਿਹਾ ਤਸ਼ੱਦਦ ਨਹੀਂ ਜਿਹੜਾ ਦਾਸ 'ਤੇ ਨਹੀਂ ਕੀਤਾ ਗਿਆ। ਇੱਥੇ ਪੰਜਾਬ ਦੇ ਵਿੱਚ ਹਲੇ ਵੀ 20 ਕੁ ਬੰਦਿਆਂ ਦੀ ਇੱਕ ਟੀਮ ਹੈਗੀ ਆ ਜਿਹੜੀ ਕਿ ਸਪੈਸ਼ਲ ਆ ਤਸ਼ੱਦਦ ਕਰਨ ਲਈ ਸਿੱਖਾਂ ਦੇ ਉੱਤੇ, ਜਿਹੜੀ ਕਿ ਹਜੇ ਵੀ ਮੌਜੂਦ ਆ। ਉਹਨਾਂ ਦੇ ਮੈਂ ਨਾਂ ਵੀ ਦੱਸ ਸਕਦਾ ਵਾਂ ਅਤੇ ਉਹਨਾਂ ਨੇ ਜਿਹੜਾ ਵੀ ਉਹ ਤਸ਼ੱਦਦ ਕਰ ਸਕਦੇ ਸੀ ਅੱਜ ਤੱਕ ਦਾ ਅਜਮਾਇਆ ਹੋਇਆ ਤਸ਼ੱਦਦ ਸੀਗਾ ਉਹ ਦਾਸ 'ਤੇ ਕੀਤਾ ਉਹਨੀ। ਹੁਣ ਤੱਕ ਦਾ ਜੋ ਉਹਨਾਂ ਦਾ ਤਜਰਬਾ ਸੀਗਾ ਉਹ ਸਾਰਾ ਅਜਮਾਇਆ ਦਾਸ ਦੇ ਉੱਤੇ। 2.5 ਮਹੀਨੇ ਰੱਖ ਕੇ ਪਾਣੀ ਪਾਇਆ, ਕਰੰਟ ਵੀ ਲਾਏ, ਹੋਰ ਜੋ ਕੁਛ ਵੀ ਉਹ ਸੀਗਾ ਸਾਰਾ ਕੁਛ ਉਹਨਾਂ ਨੇ ਦਾਸ 'ਤੇ ਕੀਤਾ। ਦੇਖੋ ਜੀ ਜਦੋਂ ਜੇਲ੍ਹ ਦਾਸ ਗਿਆ ਜੇਲ੍ਹ ਦੇ ਵਿੱਚ, ਉਦੋਂ ਤਾਂ ਮੇਰੇ ਕੋਲ ਇੱਕ ਵਾਰ ਦੀ ਮੈਨੂੰ ਗੱਲ ਚੇਤੇ ਆ ਕਿ ਮੇਰੇ ਨਾਲ ਗਾਰਦ ਲੱਗੀ ਸੀ। ਮੇਰੇ ਲੁਧਿਆਣੇ ਤਰੀਕ ਸੀਗੀ, ਕਹਿਰ ਦੀ ਠੰਡ ਪੈ ਰਹੀ ਸੀ ਅਤੇ ਗਾਰਦ ਨੇ ਤਾਂ ਰੋਟੀ ਖਾ ਲਈ, ਦਾਸ ਕੋਲ ਚਾਹ ਦੇ ਕੱਪ ਲਈ ਵੀ ਪੈਸੇ ਹੈਨੇ ਸੀ ਕਿਉਂਕਿ ਪਰਿਵਾਰ ਨੂੰ ਨਾ ਤਾਂ ਮੈਂ ਅਮਰੀਕਾ ਤੋਂ ਪੈਸੇ ਭੇਜੇ ਸੀਗੇ ਅਤੇ ਪਰਿਵਾਰ ਵੀ ਮੇਰਾ ਗਰੀਬ ਸੀਗਾ, ਉਹ ਵੀ ਮੈਨੂੰ ਕੋਈ ਘਰੋਂ ਖਰਚਾ ਨਹੀਂ ਦੇ ਸਕਿਆ। ਮੇਰੇ ਕੋਲ ਇੱਕ ਚਾਹ ਦੇ ਕੱਪ ਲਈ ਵੀ ਪੈਸੇ ਹੈਨੇ ਸੀਗੇ। 3 ਸਾਲ ਤੱਕ ਬਹੁਤ ਹੀ ਔਖੀ ਜੇਲ੍ਹ ਕੱਟੀ ਆ ਆਪਣੇ ਅੰਮ੍ਰਿਤਸਰ ਦੇ ਵਿੱਚ। ਉਸ ਤੋਂ ਬਾਅਦ ਸਿੱਖ ਰਿਲੀਫ UK ਨਾਲ ਕੰਡਕਟ ਕਰਕੇ ਅਤੇ ਉਹਨਾਂ ਦੇ ਕੋਲੋਂ ਫਿਰ ਜੋ ਖਰਚ ਪਾਣੀ ਸ਼ੁਰੂ ਹੋਇਆ ਅਤੇ ਉਹ ਅੱਜ ਤੱਕ ਉਹਨਾਂ ਨੇ ਸਾਡਾ ਖਰਚ ਪਾਣੀ ਕਰ ਰਹੇ ਆ ਅਤੇ ਦੇਖ ਰੇਖ ਕਰ ਰਹੇ ਆ ਅਤੇ ਬਾਕੀ ਸਾਡੇ ਖਰਚੇ ਵੀ ਬਹੁਤ ਨੇ ਜੇਲ੍ਹ ਦੇ, ਜਿਹੜੇ ਕਿ ਪਰਿਵਾਰਾਂ ਦੇ ਵੀ ਖਰਚੇ ਨੇ। ਪਰਿਵਾਰ ਤਾਂ ਹੁਣ ਸਾਡਾ ਸਾਥ ਦੇ ਨਹੀਂ ਰਹੇ, 30 ਸਾਲ ਤੋਂ ਤਾਂ ਅਸੀਂ ਪੰਥ ਦੀ ਸੇਵਾ 'ਚ ਲੱਗੇ ਹੋਏ ਹਾਂ, ਪਰਿਵਾਰਾਂ ਨੂੰ ਤਾਂ ਅਸੀਂ ਕੁਛ ਦਿੱਤਾ ਨਹੀਂ। ਅਤੇ ਅੱਜ ਜੋ ਸਿੱਖ ਰਿਲੀਫ UK ਦੀ ਸੰਸਥਾ ਆ ਉਹ ਜੋ ਸਾਥ ਦੇ ਰਹੀ ਆ ਸਿੰਘਾਂ ਦਾ, ਇੱਕ ਬਹੁਤ ਵਧੀਆ ਉਹ ਸ਼ਲਾਘਾ ਜੋ ਉਹਨਾਂ ਦਾ ਕਦਮ ਆ। ਬਾਕੀ ਜੋ ਵੀ ਜੇਲ੍ਹਾਂ 'ਚ ਜਿੰਨੇ ਵੀ ਸਿੰਘ ਬੰਦ ਨੇ ਅਤੇ ਬਹੁਤ ਸਾਰੇ ਸਿੰਘਾਂ ਦੇ ਉਹ ਪਰਿਵਾਰਾਂ ਦੀ ਦੇਖਭਾਲ ਕਰਦੀ ਹੈ ਸਿੱਖ ਰਿਲੀਫ UK, ਬੱਚਿਆਂ ਦੀ ਪੜ੍ਹਾਈ ਦਾ, ਪਰਿਵਾਰਾਂ ਦੇ ਹੋਰ ਮੈਡੀਕਲ ਦਾ ਖਰਚਾ ਦਿੰਦੇ ਆ ਇਹ ਜੇਲ੍ਹਾਂ 'ਚ ਬੰਦ ਸਿੰਘਾਂ ਲਈ, ਬਹੁਤ ਹੀ ਉਪਰਾਲੇ ਕਰਦੀ ਆ। ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਪੰਜਾਬ 'ਚ ਇਹ ਕਰਦੇ ਨੇ, ਭਲਾਈ ਦੇ ਕੰਮ ਨੇ ਜਿਹੜੇ ਇਹ ਕਰ ਰਹੇ ਨੇ, ਬਹੁਤ ਵਧੀਆ ਗੱਲ ਆ। ਸੰਗਤਾਂ ਨੂੰ ਇਹੀ ਬੇਨਤੀ ਆ ਕਿ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਰਿਲੀਫ UK ਦੀ ਮਦਦ ਕੀਤੀ ਜਾਵੇ। ਹੋਰ ਸਾਡੇ ਵਕੀਲਾਂ ਦਾ ਖਰਚਾ ਕਰਦੀ ਆ, ਜੇਲ੍ਹ ਖਰਚੇ ਵੀ ਦਿੰਦੀ ਆ ਜਿਨ੍ਹਾਂ ਪਰਿਵਾਰਾਂ ਨੂੰ ਮੈਡੀਕਲ ਅਤੇ ਐਜੂਕੇਸ਼ਨ ਦੀ, ਬੱਚਿਆਂ ਦੀ ਪੜ੍ਹਾਈ ਲਈ ਲੋੜ ਆ, ਉਹ ਵੀ ਖਰਚੇ ਦਿੰਦੀ ਆ ਇਹ ਸਿੱਖ ਰਿਲੀਫ UK। ਸੋ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਗਤਾਂ ਨੂੰ ਬੇਨਤੀ ਆ ਕਿ ਤੁਰਿਆ ਜਾਵੇ, ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ। ਵਾਹਿਗੁਰੂ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਚੜ੍ਹਦੀ ਕਲਾ ਕਰੇ ਸਿੰਘਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਦਾਸ ਵੱਲੋਂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।